ਹਾਈ ਸਸ਼ੇਕਾਲ ਦੋਸਤੋ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਕਰੋਨਾ ਹੋਣ ਦੇ ਬਾਵਜੂਦ ਵੀ ਸਾਰੇ ਬਚੇ ਹੋਗੇ ਹਲੇ ਤੱਕ ਸੋ ਅੱਜ ਦੀ ਬਹੁਤ ਹੀ ਵੱਡੀ ਗੁੱਡ ਨਿਊਜ਼ ਤੁਹਾਡੇ ਲਈ ਇਹ ਹੈ ਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਕਿ ਤੁਹਾਡੇ 15 ਤਰੀਕ ਤੋਂ ਲੋਕਡਾਊਨ ਲੱਗੀ ਹੋਈ ਸੀ ਸਕੂਲ ਸਾਰੇ ਬੰਦ ਸੀ ਐਂਡ ਸੇਮ ਰਿਮੇਨ ਸੇਮ ਰਹਿਣਗੇ ਤੁਹਾਡੇ 25 ਜਨਵਰੀ ਤੱਕ ਸੋ 25 ਜਨਵਰੀ ਤੱਕ ਤੁਹਾਡੇ ਸਕੂਲਸ ਕਾਲਜਸ ਬੰਦ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਗਾਈਡਲਾਈਨਸ ਇਸ਼ੂ ਹੋਈਆਂ ਸੀ ਕਿ ਰਾਤ ਦੇ 5 ਰਾਤ ਦੇ 10 ਵਜੇ ਤੋਂ 5 ਵਜੇ ਤੱਕ ਲੋਕਡਾਊਨ ਲੱਗਣਗੇ ਸੇਮ ਐਜ਼ ਇਟ ਇਜ਼ ਐ ਦੇਖੋ ਕਿ ਰਾਤ ਦੇ 1 ਤੋਂ ਪੰਜ ਵਜੇ ਤੱਕ ਕਰਫ਼ਿਊ ਲੱਗੇਗਾ, ਸਕੂਲ, ਕਾਲਜਸ, ਯੂਨੀਵਰਸਿਟੀ ਰਹਿਣਗੇ ਬੰਦ। ਪਬ ਬਾਰ ਸਿਨੇਮਾ ਹਾਲ ਰੈਸਟੋਰੈਂਟ 50% ਦੀ ਨਾਲ ਚਲਾਉਣ ਦੀ ਹੁਕਮ ਹੈ ਸਰਕਾਰੀ ਐਂਡ ਨੀਜੀ ਅਦਾਰਿਆਂ ਵਿੱਚ ਜਿਨ੍ਹਾਂ ਨੇ ਦੋਨੋਂ ਡੋਜ਼ ਲਵਾ ਲਿਆ ਵੈਕ ਫੁੱਲੀ ਵੈਕਸੀਨੇਟ ਆ ਉਹਨਾਂ ਨੂੰ ਹੀ ਸਿਰਫ ਕੰਮ ਤੇ ਆਉਣ ਦੀ ਇਜਾਜ਼ਤ ਹੈ ਸਟਾਫ ਨੂੰ ਹੀ ਕੰਮ ਤੇ ਆਉਣ ਦੀ ਇਜਾਜ਼ਤ ਹੈ ਉਸ ਤੋਂ ਇਲਾਵਾ ਸਰਕਾਰੀ ਅਤੇ ਨੀਜੀ ਅਦਾਰਿਆਂ ਵਿੱਚ ਬਿਨਾ ਮਾਸਕ ਤੋਂ ਕੋਈ ਐਂਟਰੀ ਨਹੀਂ ਦਿੱਤੀ ਜਾਵੇਗੀ ਸੋ ਸਾਰਿਆਂ ਨੂੰ ਮਾਸਕ ਪੋਣਾ ਬਹੁਤ ਹੀ ਕੰਪਲਸਰੀ ਕਰ ਦਿੱਤੀ ਗਈ ਹੈ ਐਂਡ ਤੁਹਾਡੇ ਕਲਾਸੇਜ਼ ਜੋ ਹੈ ਆਨਲਾਈਨ ਹੀ ਆਨਲਾਈਨ ਹੀ ਲੱਗਣਗੇ ਸੇਮ ਐਸਟ ਐਜ਼ ਇਟ ਇਜ਼ ਯਾਰ ਕਿੰਨਾ ਗਲਤੀਆਂ ਕਰਦਾ ਸੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਨੋਟਿਸ ਜਾਰੀ ਕੀਤਾ ਗਿਆ ਹੈ ਸੋ ਕੀ ਜਿਹੜਾ ਨੋਟਿਸ ਆਇਆ ਸੀ 4 1 2022 ਨੂੰ ਉਹੀ ਸੇਮ ਦੇਖੋ ਸ਼ਲ ਰਿਮੇਨਸ ਇਨ ਸਟੀਲ ਫੋਰਸ ਠੀਕ ਹੈ ਟਿਲ 25 ਜਨਵਰੀ 2022 ਸੋ ਕੀਪ ਲਰਨਿੰਗ ਕੀਪ ਸਮਾਈਲਿੰਗ ਨਜ਼ਾਰੇ ਕਰੋ 25 ਤਰੀਕ ਤੱਕ ਤੁਹਾਡੇ ਸਕੂਲਸ ਬੰਦ ਹੈ ਠੀਕ ਹੈ ਇਹ ਦਿਨਾਂ ਤੁਸੀਂ ਖੁਸ਼ ਹੋ ਕਿ ਸੈਡ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਸੋ ਕੀਪ ਲਰਨਿੰਗ ਕੀਪ ਸਮਾਈਲਿੰਗ